ਤੇ ਉਧਰ ਪੰਚਕੂਲਾ ਵਿੱਚ ਡੇਰਾ ਮੁਖੀ ਰਾਮ ਰਹੀਮ ਦਾ ਮਾਮਲਾ ਦਿਨ ਪਰ ਦਿਨ ਹੀ ਭਖਦਾ ਜਾ ਰਿਹਾ ਹੈ। ਰਾਮ ਰਹੀਮ ਮਾਮਲੇ ਵਿੱਚ ਆਏ ਦਿਨ ਕੋਈ ਨਾ ਕੋਈ ਖੁਲਾਸੇ ਖੁੱਲਦੇ ਹੀ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਹਨੀਪ੍ਰੀਤ ਸਮੇਤ 15 ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਅਦਾਲਤ ਨੇ ਅਗਲੀ ਸੁਣਵਾਈ 28 ਮਾਰਚ ਨੂੰ ਰੱਖੀ ਹੈ। ਹਨੀਪ੍ਰੀਤ ਸਮੇਤ ਇਹ ਸਾਰੇ ਦੇ ਸਾਰੇ ਦੋਸ਼ੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ। ਬਹਿਸ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਇਨ੍ਹਾਂ ਸਾਰੇ ਦੋਸ਼ੀਆਂ ਤੇ ਦੇਸ਼ ਨਾਲ ਧੋਖਾ ਕਰਨ ਦੇ ਅਤੇ ਹੋਰ ਵੀ ਕਈ ਲਗਾਈ ਸੰਗੀਨ ਧਾਰਾਵਾਂ ਦੇ ਤਹਿਤ ਸਵਾਲ ਚੁੱਕੇ ਹਨ। ਅੱਜ FIR ਨੰਬਰ 345/2017 ਕੀ ਸੁਣਵਾਈ ਚਾਰਜ ਪੇ ਬਹਿਸ ਹੋਣੀ ਥੀ, ਜੋ ਕਿ ਆਜ ਚਾਰਜ ਪੇ ਬਹਿਸ ਪੂਰੀ ਨਹੀਂ ਹੋ ਸਕੀ, ਕਿਉਂਕਿ ਅਭੀ ਜੋ ਚਾਲਾਨ ਸਪਲੀਮੈਂਟਰੀ ਇਨ 15 ਮੁਲਜ਼ਮੋਂ ਖਿਲਾਫ ਪੇਸ਼ ਕੀਆ ਗਿਆ ਹੈ, ਵੋ ਅਭੀ ਕਮਿਟ ਹੋ ਕਰਕੇ ਸੈਸ਼ਨ ਕੋਰਟ ਕੋ ਨਹੀਂ ਮਿਲਾ ਹੈ। ਅਭੀ ਫਾਈਲ ਜੋ ਹੈ ਓਨਰੇਬਲ ਸੀਜਮ ਸਾਹਿਬ ਕੀ ਕੋਰਟ ਮੇਂ ਪੈਂਡਿੰਗ ਹੈ ਔਰ 19 ਮਾਰਚ ਕੇ ਲਿਏ ਵੋ ਕਮਿਟ ਕਰ ਦਿਆ ਗਿਆ ਹੈ। For all updated news, please subscribe Ava News and ring the bell.